ਅੱਜ ਅਸੀਂ ਆਏ ਆ ਬਲਾਕ ਸ਼ਾਹਕੋਟ ਦੀ ਮੰਡੀ ਪਰਜੀਆਂ ਕਲਾਂ 'ਚ। ਇਸ ਮੰਡੀ ਦੇ ਵਿੱਚ ਵੀ ਝੋਨੇ ਦੀ ਆਮਦ ਕਾਫੀ ਹੋਈ ਏ। ਇਲਾਕੇ ਦੇ ਕਾਸ਼ਤਕਾਰ ਵੀ ਇੱਥੇ ਆਪਣੀ ਜਿਨਸ ਲੈ ਕੇ ਆਏ ਨੇ। ਸੋ ਅਸੀਂ ਸੋਚਿਆ ਕਿਉਂ ਨਾ ਆਪਾਂ ਮੰਡੀ 'ਚ ਆਈਏ ਔਰ ਮੰਡੀ ਦੇ ਵਿੱਚ ਉਹਨਾਂ ਨਾਲ ਗੱਲ ਕਰੀਏ ਤਾਂ ਕਿ ਇਹ ਸਮੱਸਿਆਵਾਂ ਦੇ ਹੱਲ ਵੀ ਨਾਲ ਆਪਾਂ ਲਈਏ। ਮੰਡੀ ਬੋਰਡ ਦੇ ਅਧਿਕਾਰੀਗਣ ਵੀ ਇੱਥੇ ਹੈਗੇ ਨੇ, ਉਹ ਹੱਲ ਕੀ ਨੇ ਔਰ ਕਿਵੇਂ ਸਾਨੂੰ ਮੰਡੀ ਦੇ ਵਿੱਚ ਉਪਜ ਨੂੰ ਚੰਗੇ ਹਿਸਾਬ ਨਾਲ ਲਿਆਉਣਾ ਚਾਹੀਦਾ, ਇਹ ਗੱਲਾਂ ਤੁਹਾਡੇ ਤੱਕ ਘਰ ਬੈਠਿਆਂ ਪਹੁੰਚਾਉਣ ਦੀ ਅਸੀਂ ਕੋਸ਼ਿਸ਼ ਅੱਜ ਕਰਾਂਗੇ। ਮੇਰੇ ਨਾਲ ਕਿਸਾਨ ਵੀ ਨੇ ਅਤੇ ਆੜ੍ਹਤੀ ਸੱਜਣ ਵੀ ਨੇ। ਪਹਿਲਾਂ ਮੰਡੀ ਬੋਰਡ ਵਾਲਿਆਂ ਨਾਲ ਗੱਲ ਕਰ ਲਈਏ। ਸੁਰਜੀਤ ਸਿੰਘ ਜੀ, ਤੁਸੀਂ ਇਸ ਮੰਡੀ 'ਚ ਕੰਮ ਕਰਨ ਡੇ ਹੋ, ਜੇ ਮੰਡੀ ਦੀ ਗੱਲ ਕਰੀਏ ਤਾਂ ਕਿੰਨੀ ਕੁ ਆਮਦ ਇੱਥੇ ਹੋਈ ਹੈ ਝੋਨੇ ਦੀ ਔਰ ਕਿੰਨੀ ਕੁ ਹੋਰ ਆਉਣ ਦੀ ਸੰਭਾਵਨਾ ਹੈ? ਸਾਰਾ ਤਾਮ ਜਾਮ ਇਸ ਮੰਡੀ ਦਾ ਸਾਰਾ ਸਾਡੇ ਨਾਲ ਸਾਂਝਾ ਕਰੋ ਆਪਣਾ। ਸਰ, ਮੰਡੀ ਜਿਹੜੀ ਇੱਥੇ ਤਕਰੀਬਨ 25-30 ਪਿੰਡ ਦੇੜਗੜ ਏਰੀਏ ਦੇ ਮੰਡੀ ਪਿੰਡ ਇਸ ਪੈਂਦੇ ਆ। ਹੁਣ ਤੱਕ ਇਸ ਪਰਜੀਆਂ ਮੰਡੀ ਦੇ ਵਿੱਚ 4,15,298 ਗੱਟਾ ਜਿਹੜਾ ਬੋਰੀ ਆ ਚੁੱਕੀ ਆ। ਪਿਛਲੇ ਸਾਲ 3,78,507 ਗੱਟਾ ਸੀ ਔਰ ਮੰਡੀ ਬੋਰਡ ਵੱਲੋਂ ਪੂਰਾ ਸ਼ੈੱਡ ਬਣੇ ਹੋਏ ਆ, ਪਾਣੀ ਦਾ ਅਰੇਂਜਮੈਂਟ ਪੂਰਾ ਵਾ ਅਤੇ ਬਕਾਇਦਾ ਤਲਾਈ ਰੋਜ਼ ਚੈੱਕ ਕਰਦੇ ਹਾਂ, ਪੂਰਾ ਅਰੇਂਜਮੈਂਟ ਮੰਡੀ ਬੋਰਡ ਵੱਲੋਂ ਕੀਤਾ ਗਿਆ। ਅੱਛਾ, ਗੱਲ ਇਹ ਹੈ ਕਿ ਅਰੇਂਜਮੈਂਟ ਚੰਗਾ ਤੁਸੀਂ ਕੀਤਾ, ਚੰਗੀ ਗੱਲ ਹੈ। ਅਤੇ ਤੁਸੀਂ ਜਿਹੜੀ ਮਿਕਦਾਰ ਦੱਸੀ ਹੈ, ਕਿੰਨਾ ਵਜ਼ਨ ਤੁਸੀਂ ਭਰਦੇ ਹੋ ਜਾਂ ਇਹਦਾ ਕੀ ਕੁਦੇ ਕੋ ਗੱਲ ਹੈ ਕਿ ਇਹਦੇ ਨਾਲ ਆਪਾਂ ਨੂੰ ਇਹ ਵੀ ਜਾਣਕਾਰੀ ਦਿਓ ਕਿ ਜਿਹੜੀ ਕਿਸਾਨ ਜਦੋਂ ਮੰਡੀ 'ਚ ਆਉਂਦਾ ਉਹਨੂੰ ਕਿੰਨੇ ਖਰਚੇ ਮੰਡੀ 'ਚ ਕਰਨੇ ਪੈਂਦੇ ਨੇ ਤੁਹਾਡੇ ਹਿਸਾਬ ਨਾਲ? ਅਤੇ ਉਹ ਖਰਚੇ ਜਿਹੜੇ ਨੇ, ਕੋਈ ਕਿਸਾਨ ਨੂੰ ਕਈ ਵਾਰੀ ਨਾ ਜਾਗਰੂਕਤਾ ਨਹੀਂ ਹੁੰਦੀ, ਜਾਣਕਾਰੀ ਨਹੀਂ ਹੁੰਦੀ ਅਤੇ ਆਪਾਂ ਕਈ ਵਾਰੀ ਵੱਧ ਖਰਚੇ ਕਰ ਬਹਿੰਦੇ ਹਾਂ। ਸਫਾਈ ਦਾ ਖਰਚਾ ਵੀ ਹੈ ਉਹਦੇ 'ਚ, ਇਹ ਸਾਰਾ ਕੁਝ ਖਰਚਾ ਤੁਸੀਂ ਬਿਹਤਰ ਜਾਣਦੇ ਹੋਵੋਗੇ। ਉਹਦੇ ਵਿੱਚ ਸਿਰਫ ਜੇ ਫਾਰਮ ਜਿਹੜਾ ਜੇ ਫਾਰਮ ਜ਼ਿਮੀਂਦਾਰ ਕੋਲ 6.35 ਰੁਪਏ ਕਟਾਈ ਹੁੰਦੀ ਆ, ਇਹ ਤੋਂ ਉੱਪਰ ਕੋਈ ਜ਼ਿਮੀਂਦਾਰ ਕੋਈ ਕਟਾਈ ਨਹੀਂ ਹੁੰਦੀ। ਪਰ ਗੱਟੇ ਦੀ ਗੱਲ ਕਰ ਰਹੇ ਹੋ, ਕੱਲ 37.5 ਕਿਲੋ 'ਚ 6.35 ਰੁਪਏ 6.35 ਰੁਪਏ ਪਰ ਸਿਰਫ ਜ਼ਿਮੀਂਦਾਰ ਕੋਲ ਹੁੰਦੀ ਆ, ਬਾਕੀ ਕੋਈ ਬਾਕੀ ਜਿਹੜਾ ਆਈ ਫਾਰਮ ਦੇ ਆ ਉਹ 6.37 ਰੁਪਏ ਉਹ ਜਿਹੜੀ ਗੌਰਮੈਂਟ ਲਾਉਂਦੀ ਆ। ਸੋ ਗੱਲ ਇਹ ਹੈ ਕਿ ਸਫਾਈ ਵੀ ਮੈਂ ਦੇਖਣ ਰਿਹਾ ਸੀ, ਇੱਥੇ ਚੱਲਣ ਡਈ ਹੈ, ਮਜ਼ਦੂਰ ਲੱਗੇ ਹੈ, ਇਹ ਸਫਾਈ ਦਾ ਖਰਚਾ ਜਿਹੜਾ ਇਹ ਜ਼ਿਮੀਂਦਾਰ ਚੱਲਦਾ ਕਿ ਸਰਕਾਰ ਚੱਲਦੀ ਹੈ? ਕੀ ਆਪਾਂ ਫਾਰਮੂਲਾ ਲਾਗੂ ਕਰਨੇ ਆ? 6.37 ਰੁਪਏ ਜਿਹੜਾ ਗੌਰਮੈਂਟ ਚੱਲ ਰਹੀ ਆ, ਉਹ ਜਿਹੜੇ ਲੇਬਰ ਨੂੰ ਮਿਲਦੇ ਪੈਸੇ, ਲੁਹਾਈ ਸਫਾਈ ਜ਼ਿਮੀਂਦਾਰ ਨੂੰ ਆ ਜੇ ਫਾਰਮ ਦੇ, ਆਈ ਫਾਰਮ ਜਿਹੜਾ ਉਹ ਗੌਰਮੈਂਟ ਪੈਸੇ ਦਿੰਦੇ ਆ। ਅੱਛਾ, ਗੱਲ ਇੱਥੇ ਮੈਨੂੰ ਜੋ ਸਮਝ 'ਚ ਲੱਗਣ ਡੀ ਇਹ ਹੈ ਕਿ 37.5 ਕਿਲੋ ਮਗਰ 6.35 ਰੁਪਏ ਜ਼ਿਮੀਂਦਾਰ ਨੇ ਪੇ ਕਰਨੇ ਆ। ਹਾਂਜੀ, ਜੇ ਕੁਇੰਟਲ ਦਾ ਹਿਸਾਬ ਲਾ ਲਈਏ ਤਾਂ ਤਕਰੀਬਨ 18-20 ਰੁਪਏ ਬਣ ਜਾਂਦੇ ਆ। ਅੱਛਾ, ਹੁਣ ਮੰਡੀ ਦੇ ਵਿੱਚ ਜਦੋਂ ਕਿਸਾਨ ਆਉਂਦਾ ਅਤੇ ਬਤੌਰ ਇੱਕ ਮੰਡੀ ਬੋਰਡ ਦੇ ਅਧਿਕਾਰੀ ਹੋਣ ਦੇ ਨਾਤੇ ਤੁਸੀਂ ਕੀ ਕਿਸਾਨ ਨੂੰ ਸਲਾਹ ਦਿਓਗੇ ਵੀ ਕਿਵੇਂ ਉਹ ਮੰਡੀ 'ਚ ਆਪਣੀ ਉਪਜ ਲੈ ਕੇ ਆਵੇ, ਸੁੱਕੀ ਲੈ ਕੇ ਆਵੇ? ਆਪਾਂ ਨੂੰ ਦੇਖੋ ਬੜੀਆਂ ਗੱਲਾਂ ਨੇਗੀਆਂ, ਹੈ ਨਾ, ਅਤੇ ਤਾਂ ਕਿ ਜਲਦੀ ਵਿਹਲਾ ਹੋ ਜਾਵੇ ਜੇ ਵਧੀਆ ਬਿਲਕੁਲ ਫਸਲ ਆਉਂਦੀ ਹੈ, ਅਤੇ ਕੀ ਤੁਹਾਡਾ ਉਪਰਾਲਾ? ਇਹ ਸਾਰੀ ਗੱਲਾਂ ਸਾਡੇ ਸਾਂਝੇ ਕਰੋ। 17% ਮੱਛਰ ਤੋਂ ਉੱਪਰ ਬਿਲਕੁਲ ਨਾ ਲਿਆਓ, ਉਸ ਤੋਂ ਉੱਪਰ ਜੇ ਕਿਤੇ 20-25 ਵਾਲਾ ਮੱਛਰ ਉਹਨੂੰ ਫਿਰ 2 ਦਿਨ ਸੁਕਾ ਕੇ ਫੋਲਣਾ ਪੈਂਦਾ, ਪਰ ਕੋਸ਼ਿਸ਼ ਉਹਨਾਂ ਨੂੰ ਇਹ ਕਹੀਦਾ ਵੀ ਤੁਸੀਂ 17-18 ਉੱਤੋਂ ਉੱਪਰ ਨਾ ਲਿਆਓ। ਬਸ ਸਾਡੇ ਕੋਲ ਮੱਛਰ ਮੀਟਰ ਇਕੱਲੇ ਆੜ੍ਹਤੀਆਂ ਕੋਈ ਆਪਦੇ ਮੱਛਰ ਮੀਟਰ ਰੱਖੇ ਹੋਏ ਆ, ਇਕੱਲੇ ਆੜ੍ਹਤੀ ਆਪਦਾ ਜਦੋਂ ਵੀ ਇਹਨਾਂ ਭਰਨ ਤੋਂ ਪਹਿਲੋਂ ਡੇਰੀ ਆਉਂਦਿਆਂ ਵੀ ਚੈੱਕ ਕਰਦੇ ਆ, ਭਰਨ ਤੋਂ ਪਹਿਲੋਂ ਵੀ ਮਤਲਬ ਵੀ ਪਰੇਸ਼ਾਨੀ ਨਾ ਆਵੇ ਕੋਈ, ਜੇ ਬੋਰੀ ਗਿੱਲਾ ਮਾਲ ਭਰ ਲਿਆ ਉਹ ਫਿਰ ਬਾਅਦ 'ਚ ਡੈਮੇਜ ਹੋ ਜਾਂਦਾ। ਅੱਛਾ, ਭਾਅ ਕੀ ਲੱਗਣ ਡਿਆ? ਅਤੇ ਜੇ ਪੇਮੈਂਟ ਦੀ ਗੱਲ ਕਰੀਏ, ਸਭ ਤੋਂ ਵੱਡੀ ਗੱਲ ਹੁੰਦੀ ਪੇਮੈਂਟ ਦੀ। ਕਈਆਂ ਮੰਡੀਆਂ 28 ਤਰੀਕ ਤੱਕ ਪੇਮੈਂਟਾਂ ਆੜ੍ਹਤੀਆਂ ਨੂੰ ਆ ਚੁੱਕੀਆਂ, ਕਿਸੇ 26 ਤੱਕ, ਕਿਸੇ ਨੂੰ 28 ਤੱਕ, ਨਾਲ ਦੀ ਨਾਲ ਚੈੱਕ ਰਾਹੀਂ ਪੇਮੈਂਟਾਂ ਕਰ ਰਿਹਾ। ਹਾਲੇ ਤਾਂ ਕਿਸੇ ਵੀ ਜ਼ਿਮੀਂਦਾਰ ਵੱਲੋਂ ਕੰਪਲੇਂਟ ਨਹੀਂ ਸਾਨੂੰ ਆਈ ਕਿਸੇ ਮੰਡੀ ਦੀ ਵੀ, ਸਾਡੇ 11 ਮੰਡੀਆਂ ਵਾ ਸ਼ਾਹਕੋਟ ਮਾਰਕਮਿਟੀ ਦੇ, ਕੋਈ ਕਿਸੇ ਜ਼ਿਮੀਂਦਾਰ ਦੀ ਕੰਪਲੇਂਟ ਨਹੀਂ, ਮੈਨੂੰ ਪੈਸੇ ਨਹੀਂ ਆੜ੍ਹਤੀਆਂ ਦੇ ਰਿਹਾ। ਇੱਕ ਗੱਲ ਹੋਰ ਬੜੀ ਤੁਹਾਡੇ ਕੋਲ ਸੁਰਜੀਤ ਸਿੰਘ ਜੀ, ਮੈਂ ਪੁੱਛਣਾ ਚਾਹੁੰਦਾ ਕਿ 6.35 ਰੁਪਏ ਦਾ ਖਰਚਾ ਅਤੇ ਕਿੱਲੇ ਦੀ ਗੱਲ ਕਰੀਏ, ਜੇ ਝਾੜ ਸੁੱਕਣ ਨਾਲ 25 ਕੁਇੰਟਲ ਹੋਵੇ ਅਤੇ 500-700 ਰੁਪਈਆ ਇਹ ਕਿਸਾਨ ਦਾ ਜਿਹੜਾ ਵਾਧੂ ਲੱਗਦਾ, ਕੀ ਕਿਸਾਨ ਜੇ ਸਾਫ਼ ਸੁਥਰੀ ਫਸਲ ਲੈ ਕੇ ਆਉਂਦਾ ਤਾਂ ਫਿਰ ਵੀ ਉਹਨੂੰ ਖਰਚਾ ਝੱਲਣਾ ਪੈਂਦਾ? ਜ਼ਿਮੀਂਦਾਰ ਖੁਦ ਆਪਦਾ ਪੱਖਾ ਜੇ ਘਰੇ ਲਾ ਕੇ ਪੂਰੀ ਸਫਾਈ ਕਰਕੇ ਘਰੋਂ ਹੀ ਲੈ ਆਵੇ, ਕੋਈ ਖਰਚਾ ਨਹੀਂ ਗਾ ਪੂਰਾ ਸਫਾਈ ਦਾ, ਜਿਹੜਾ ਇਹ ਸਫਾਈ ਦਾ ਖਰਚਾ ਨਹੀਂ ਜੇ ਪੂਰਾ ਉਹ ਕਰਨਾ ਪਿਆ, ਜ਼ਿਮੀਂਦਾਰ ਦੇਣਾ ਪੈਣਾ। ਸੋ ਕਹਿਣ ਤੋਂ ਭਾਵ ਹੈ ਜੇ ਤੁਸੀਂ ਉਪਜ ਆਪਣੀ ਸਾਫ਼ ਸੁਥਰੀ ਸੁਕਾ ਕੇ ਲਿਆਓ ਤਾਂ ਇਹ ਵੀ ਖਰਚਾ ਆਪਣਾ ਬਚ ਸਕਦਾ, ਇਹ 'ਤੇ ਵੀ ਆਪਾਂ ਗੌਰ ਕਰਨ ਦੀ ਕੋਸ਼ਿਸ਼ ਕਰੀਏ। ਹੁਣ ਮੇਰੇ ਨਾਲ ਕਿਸਾਨ ਵੀ ਨੇ, ਆਪਣਾ ਸ਼ੁਭ ਨਾਮ ਕੀ ਮਾਲਕੋ? ਹਰਭਜਨ ਸਿੰਘ, ਸਰਪੰਚ ਭਰਜੀਆਂ ਕਲਾਂ। ਹਰਭਜਨ ਸਿੰਘ, ਕਿੰਨੀ ਖੇਤੀ ਤੁਹਾਡੀ? ਮੇਰੇ ਕੋਲ ਹੈਗੀ ਜੀ 10 ਕੁ ਖੇਤ ਦੀ। ਅਤੇ ਝੋਨਾ? ਹਾਂਜੀ, ਝੋਨਾ। ਅਤੇ ਕਿੰਨਾ ਕੁ ਝਾੜ ਨਿਕਲਿਆ ਔਰ ਕਿੰਨੀ ਕੁ ਉਪਜ ਹੋਈ ਤੁਸੀਂ ਇੱਥੇ ਲੈਣ ਦੀ ਮੰਡੀ 'ਚ ਜਾਂ ਲਿਆਉਣੀ ਹੈ ਜੇ? ਨਹੀਂ, ਇਹ ਲੈਂਦੀ ਹੈ ਜੀ।
26 27 ਵੀ ਆਇਆ ਕਈ ਖੇਤਾਂ ਦਾ ਜਿਹੜਾ ਪਹਿਲਾਂ ਦੂਜੀ ਕਿਸਮ ਸੀ ਅੱਛਾ ਹੁਣ ਗੱਲ ਇਹ ਹੈ ਕਿ 28 30 ਕੁਇੰਟਲ ਝੋਨੇ ਦਾ ਝਾੜ ਆਇਆ ਕਹਿਣ ਦੇ ਨੇ ਵੀ ਮਾਇਆ ਜਿਹੜੀ ਏ ਬੜੇ ਸਮੇਂ ਸਿਰ ਆ ਰਹੀ ਔਰ ਸਫਾਈ ਦਾ ਖਰਚਾ ਕੁਝ ਸਾਰਾ ਇਹ ਸਾਰਾ ਕੁਝ ਜੋ ਇਹ ਦੱਸ ਰਹੇ ਨੇ ਇਹ ਤੁਹਾਡੇ ਨਜ਼ਰ ਨਾਲ ਕਿੱਥੇ ਖੜੇ ਆ ਆਪਾਂ ਨਹੀਂ ਠੀਕ ਹੈ ਜੀ ਜਾਂ ਪੇਮੈਂਟ ਦੀ ਕੋਈ ਦਿੱਕਤ ਨਹੀਂ ਆ ਰਹੀ ਪੇਮੈਂਟ ਜਿਹੜੀ ਆ ਨਾ ਉਹ ਸਟੈਪ ਸਟੈਪ ਬਾਈ ਸਟੈਪ ਜਿਹੜੀ ਆ ਉਹ ਨਾਲ ਦੀ ਨਾਲ ਕਿਸਾਨ ਨੂੰ ਹੋ ਰਹੀ ਆ ਅੱਛਾ ਮੰਡੀ ਦੇ ਵਿੱਚ ਮੈਂ ਦੇਖ ਰਿਹਾ ਕਿ ਇੱਕ ਸ਼ੈੱਡ ਏ ਅਤੇ ਜੇ ਰੱਬ ਨਾ ਕਰੇ ਮੀਂਹ ਆ ਜਾਵੇ ਜਿਸ ਤਰ੍ਹਾਂ ਇਹ ਸਾਰਾ ਕੁਝ ਬਾਹਰ ਪਿਆ ਇਹਦੇ ਵਾਸਤੇ ਕੋਈ ਢੱਕਣ ਵਾਸਤੇ ਇਹਨਾਂ ਨੇ ਕੋਈ ਇੰਤਜ਼ਾਮ ਕੀਤੇ ਤੁਹਾਡੇ ਇਹਦੇ ਵਾਸਤੇ ਜੀ ਇਹ ਤਾਂ ਆਪਣਾ ਜਿਹੜਾ ਆੜ੍ਹਤੀ ਹੁੰਦਾ ਵਾ ਆੜ੍ਹਤੀ ਦੀ ਜ਼ਿੰਮੇਵਾਰੀ ਹੁੰਦੀ ਆ ਜਿਹੜਾ ਕਿਸਾਨ ਦੀ ਫਸਲ ਆਈ ਆ ਨਾ ਮੰਡੀ ਵਿੱਚ ਵੀ ਉਹ ਢੇਰੀਆਂ ਜਿਹੜੀਆਂ ਸਾਰੀਆਂ ਉਹਦੀਆਂ ਜਦੋਂ ਵੀ ਬਾਰਿਸ਼ ਵਗੈਰਾ ਆ ਜਾਵੇ ਉਹ ਢੱਕ ਹੋਣੀਆਂ ਚਾਹੀਦੀਆਂ ਉਹ ਤਰਪਾਲਾਂ ਦੀ ਜ਼ਿੰਮੇਵਾਰੀ ਜਿਹੜੀ ਆੜ੍ਹਤੀ ਦੀ ਹੁੰਦੀ ਉਹ ਆੜ੍ਹਤੀਆਂ ਢੱਕਣੀਆਂ ਦੀ ਜਿਹੜੀ ਫਸਲ ਖਰੀਦ ਹੋ ਜਾਂਦੀ ਆ ਇਹ ਮੁੜ ਕੇ ਏਜੰਸੀ ਦੀ ਜ਼ਿੰਮੇਵਾਰੀ ਹੁੰਦੀ ਆ ਜੇ ਕਿਸਾਨ ਦੀ ਜੋ ਵਿਕੀ ਨਹੀਂ ਆ ਜੇ ਮੰਡੀ ਜੈਂਡਰ ਕੀਤਾ ਤਾਂ ਮੀਂਹ ਪੈ ਜਾਂਦਾ ਫਿਰ ਕੀ ਕਰੇ ਕਿਸਾਨ ਇੱਦਾਂ ਜੀ ਕਿਸਾਨ ਜਿਹੜਾ ਕਿਸਾਨ ਜਿਹਨੇ ਆਪਣਾ ਫਸਲ ਜਿਹੜੀ 6 ਮਹੀਨੇ ਪਾਲੀ ਹੁੰਦੀ ਹੈ ਪੁੱਤਾਂ ਦੇ ਨਾਲ ਠੀਕ ਨਹੀਂ ਉਹਨੂੰ ਆਪਣੀ ਜਿਨਸ ਦਾ ਆਪਣਾ ਇਹ ਤਾਂ ਹੁੰਦਾ ਨਾ ਵੀ ਉਹਨੂੰ ਫਿਕਰ ਤਾਂ ਹੁੰਦਾ ਉਹਨੂੰ ਬਾਕੀ ਇਹ ਕਿ ਮੰਡੀ ਦੇ ਵਿੱਚ ਇੰਤਜ਼ਾਮ ਕਾਫੀ ਨੇ ਸ਼ੈੱਡ ਵੀ ਬਣੀ ਹੈ ਆੜ੍ਹਤੀ ਸੱਜਣ ਵੀ ਆਪਣੇ ਨਾਲ ਦੇਖੋ ਸਿੱਧੇ ਤੌਰ ਤੇ ਜੁੜੇ ਨੇ ਬਾਕੀ ਕਿਸਾਨ ਵੀਰ ਵੀ ਹੁੰਦੇ ਨੇ ਸਮੱਸਿਆ ਵਾਲੀ ਗੱਲ ਕੋਈ ਨਹੀਂ ਜਿਹਦਾ ਜ਼ਿਆਦਾ ਕੰਮ ਉਹਨਾਂ ਕੋਲ ਜ਼ਿਆਦੀਆਂ ਤਰਪਾਲਾਂ ਤਕਰੀਬਨ 15 20 20 25 25 ਤਰਪਾਲਾਂ ਹਰੇਕ ਉਹ ਹਦਾਇਤ ਕੀਤੀ ਹੈ ਬਕਾਇਦਾ ਹੈ ਤਰਪਾਲਾਂ ਚੈੱਕ ਕਰਦੇ ਅਸੀਂ ਸਰ ਜਿੰਨੇ ਵੀ ਜਾਈ ਮੰਡੀਆਂ ਚਾਹੀਦੀਆਂ ਅੱਛਾ ਚੈੱਕ ਦੀ ਗੱਲ ਆਈ ਤੁਲਾਈ ਦੀ ਵੀ ਚੈਕਿੰਗ ਕਰਦੇ ਹੋ ਤੁਲਾਈ ਸਹੀ ਚੱਲਣ ਦੀ ਹਾਂਜੀ ਤੁਲਾਈ ਬਿਲਕੁਲ ਸਾਰਿਆਂ ਨੂੰ ਹਦਾਇਤਾਂ ਵੀ ਆ ਔਰ ਚੈੱਕ ਵੀ ਕਰਦੇ ਆ ਬਕਾਇਦਾ ਤੇ ਕੀ ਉਹ ਆਪ ਖੁਦ ਚੈੱਕ ਕਰਵਾ ਸਕਦਾ ਖੁਦ ਜਦੋਂ ਮਰਜ਼ੀ ਆੜ੍ਹਤੀ ਜੇ ਕੋਈ ਆੜ੍ਹਤੀ ਗਲਤ ਕੰਮ ਕਰਦਾ ਕੋਈ ਸ਼ਿਕਾਇਤ ਹਾਲ ਤਾਂ ਆਈ ਨਹੀਂ ਆਪਣਾ ਕਿੱਥੋਂ ਆਇਆ ਮਲਕੋ ਤੁਹਾਡਾ ਨਾਂ ਕੀ ਜਰਨੈਲ ਸਿੰਘ ਪਰਜੀਆਂ ਤੋਂ ਜੀ ਕਿੰਨੀ ਖੇਤੀ ਕਰਦੇ ਹੋ ਮੈਂ 90 ਖੇਤ ਦੀ ਖੇਤੀ ਕਰਦਾ ਜੀ ਅੱਛਾ 90 ਖੇਤ ਹਾਂਜੀ ਤੇ ਸੁੱਖ ਨਾਲ ਕਿਹੜੀ ਕਿਹੜੀ ਫਸਲ ਤੁਸੀਂ ਬੀਜਦੇ ਹੋ ਜੇ ਝੋਨੇ ਦੀ ਗੱਲ ਆਪਾਂ ਕਰ ਲਈਏ ਮੱਕੀ ਵੀ ਬੀਜਦੇ ਹੋਵੋਗੇ ਹਾਂਜੀ ਸੌਣੀ ਰੁੱਤ ਦੀ ਜੋ ਫਸਲਾਂ ਬੀਜੀਆਂ ਹੁਣ ਮੰਡੀ 'ਚ ਲੈ ਕੇ ਆਏ ਹੋਗੇ ਤੁਸੀਂ ਆਪਾਂ ਝੋਨਾ ਇਸ ਟਾਈਮ ਮੰਡੀ ਲੈ ਆਏ ਹਾਂ ਜੀ ਅਤੇ ਝੋਨੇ ਦਾ ਜਿਹੜਾ ਝਾੜ ਇਸ ਵਾਰੀ 28 ਤੋਂ 30 ਕੁਇੰਟਲ ਰਿਹਾ ਲਗਭਗ ਇਹ ਪਿਛਲੇ ਸਾਲ ਨਾਲੋਂ ਘੱਟ ਕੇ ਨਾਲੋਂ 2 ਤੋਂ 3 ਕੁਇੰਟਲ ਘੱਟ ਰਿਹਾ ਵਾ ਤੁਸੀਂ ਇਸ ਮੰਡੀ ਦੇ ਵਿੱਚ ਬਤੌਰ ਆੜ੍ਹਤੀ ਦੇ ਤੌਰ 'ਤੇ ਕੰਮ ਕਰਦੇ ਹੋ ਤੁਹਾਡਾ ਨਾਂ ਕੀ ਸੁਖਵਿੰਦਰ ਸਿੰਘ ਜੀ ਕਿੰਨੇ ਸਮੇਂ ਤੋਂ ਤੁਸੀਂ ਇਸ ਆੜ੍ਹਤ ਦੇ ਕੰਮ ਨਾਲ ਜੁੜੇ ਹੋ ਮੈਨੂੰ ਤਕਰੀਬਨ 30 ਸਾਲ ਹੋ ਗਏ 1990 ਤੋਂ ਜੀ ਅੱਛਾ ਹਾਂਜੀ ਅੱਛਾ ਸੁਖਵਿੰਦਰ ਜੀ ਜੇ ਅਸੀਂ ਗੱਲ ਕਰੀ ਅੱਜ ਦੇ ਦੌਰ ਦੀ ਝੋਨਾ ਮੰਡੀ 'ਚ ਆਉਣ ਡਿਆ ਪਰਚੇਜ਼ ਹੋਣ ਡਈ ਹੈ ਅਤੇ ਪਰਚੇਜ਼ ਦੇ ਨਾਲ ਨਾਲ ਪਿੱਛੇ ਧਾਂਕਾਂ ਵੀ ਬੋਰੀਆਂ ਦੀਆਂ ਕਾਫੀ ਲੱਗੀਆਂ ਹੈ ਔਰ ਮੈਨੂੰ ਦੱਸਿਆ ਗਿਆ ਕਿ ਲਿਫਟਿੰਗ ਦੀ ਬੜੀ ਸਮੱਸਿਆ ਆਉਣ ਡਈ ਹੈ ਇਹ ਲਿਫਟਿੰਗ ਦੀ ਸਮੱਸਿਆ ਕਿਉਂ ਹੈ ਅਤੇ ਇਹਦਾ ਹੱਲ ਕੀ ਹੋ ਸਕਦਾ ਬਤੌਰ ਆੜ੍ਹਤੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਦਾ ਪ੍ਰੋਬਲਮ ਪਹਿਲਾਂ ਸਭ ਤੋਂ ਇਹ ਆਈ ਵੀ ਜਿਹੜੀ ਖਰੀਦ ਗੌਰਮੈਂਟ ਦੀ 2 ਅਕਤੂਬਰ ਤੋਂ ਸ਼ੁਰੂ ਹੋਈ ਜਿਹੜੀ ਲਿਫਟਿੰਗ ਸੀ ਉਹ ਸੈਲਰਾਂ ਦੀ ਸਟਰੈਕ ਸੀਗੀ ਸਟਰੈਕ ਹੋਣ ਦੇ ਬਾਵਜੂਦ 16 ਅਕਤੂਬਰ ਤੋਂ ਸ਼ੁਰੂ ਹੋਈ ਲਿਫਟਿੰਗ 15 ਦਿਨ ਦਾ ਪਹਿਲਾਂ ਜੋ ਜਿੰਨੀ ਪੈੜੀ ਭਰੀ ਸੀ ਸਾਰੀ ਜਮ੍ਹਾਂ ਹੋ ਗਈ ਸਟਾਕ ਹੋ ਗਿਆ ਇਸ ਕਰਕੇ ਇੱਕ ਤਾਂ ਇਹ ਪ੍ਰੋਬਲਮ ਆਈ ਦੂਸਰੀ ਪ੍ਰੋਬਲਮ ਆ ਵੀ ਜਿਹੜੇ ਸੈਲਰਾਂ ਦੇ ਉੱਤੇ ਝੋਨਾ ਜਾਂਦਾ ਉੱਥੇ ਗੱਡੀਆਂ ਛੇਤੀ ਅਨਲੋਡ ਨਹੀਂ ਹੁੰਦੀਆਂ ਜੋ ਲੇਬਰਾਂ ਘੱਟ ਹੋਣ ਕਰਕੇ ਜਾਂ ਕੋਈ ਪ੍ਰੋਬਲਮ ਕਰਕੇ ਉਹਨਾਂ ਦੇ 4 ਚੱਕਰ ਕਿਸੇ ਟਰੱਕਾਂ ਵਾਲੇ ਨੂੰ ਹੁੰਦੇ ਆ ਲੋਕਲ ਸ਼ੈਲਰ ਦੇ ਦੂਰ ਵਾਲੇ ਦੇ 2 ਹੁੰਦੇ ਆ ਉਹ ਜਦੋਂ ਖਾਲੀ ਨਹੀਂ ਹੋ ਕੇ ਆਉਂਦੇ 1 ਚੱਕਰ ਹੀ ਲੱਗਦਾ ਕਿਸੇ ਦਾ 2 ਲੱਗਦੇ ਆ ਇਸ ਕਰਕੇ ਗੱਡੀਆਂ ਟਾਈਮ ਨਾਲ ਨਾ ਖਾਲੀ ਹੋਣ ਕਰਕੇ ਅਤੇ ਲਿਫਟਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਜਿਹੜਾ ਚੱਲ ਰਿਹਾ ਕੰਮ ਹਾਂਜੀ ਚੱਲਦਾ ਪਿਆ ਹਾਂਜੀ ਅੱਛਾ ਸੁਖਵਿੰਦਰ ਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਬਤੌਰ ਆੜ੍ਹਤੀ ਕਿਉਂਕਿ ਤੁਸੀਂ ਪਰਚੇਜ਼ ਵੀ ਕਰਨੀ ਹੈ ਕਿਸਾਨ ਨੂੰ ਪੇਮੈਂਟ ਕਰਨ ਦੇ ਵਿੱਚ ਵੀ ਤੁਹਾਡਾ ਪੂਰਾ ਰੋਲ ਹੁੰਦਾ ਇਹ ਇੱਕ ਕਿਸਾਨ ਜਦੋਂ ਤੁਹਾਡੇ ਕੋਲ ਆਉਂਦਾ ਤੁਸੀਂ ਕਿੰਨੇ ਚਿਰ 'ਚ ਵਿਹਲੇ ਕਰ ਦਿੰਦੇ ਹੋ ਔਰ ਵਧੀਆ ਫਸਲ ਦੀ ਤੁਸੀਂ ਕੀ ਇਹਦਾ ਪਰਿਭਾਸ਼ਾ ਰੱਖੀ ਹੈ ਵੀ ਇਹ ਵਧੀਆ ਢੰਗ ਨਾਲ ਫਸਲ ਹੈਗੀ ਹੈ ਜਿਹਨੇ ਹੈਗੀ ਹੈ ਚਾਹੇ ਉਹ ਝੋਨਾ ਚਾਹੇ ਮੱਕੀ ਹੈ ਕਿਹੜੇ ਕਿਹੜੇ ਮਾਪਦੰਡ ਤੁਹਾਡੇ ਹੈਗੇ ਨੇ ਜਿਹੜਾ ਜ਼ਿਮੀਂਦਾਰ ਤਾਂ ਸੁੱਕੀ ਝੋਨਾ ਜੀਰੀ ਧਾਨ ਲੈ ਕੇ ਆਉਂਦਾ ਉਹਨੂੰ ਤਾਂ ਮੋਕਚਰ ਮੀਟਰ ਸਾਡੇ ਕੋਲ ਰੱਖੇ ਆ ਮੋਕਚਰ ਉਹਦੇ ਟਰਾਲੀ 'ਚ ਪਹਿਲਾਂ ਚੈੱਕ ਕਰ ਲਈਦਾ ਤਾਰਨ ਤੋਂ ਪੱਖਾ ਲਾਉਣ ਤੋਂ ਬਾਅਦ ਫਿਰ ਚੈੱਕ ਕਰ ਲਈਦਾ ਜਿਹਦਾ ਮੋਕਚਰ 17 ਮੋਕਚਰ ਆਉਂਦਾ ਉਸ ਨੂੰ ਤਾਂ 4-5 ਘੰਟੇ ਜਾਂ ਵੱਧ ਤੋਂ ਵੱਧ 8 ਘੰਟੇ ਦੇ ਵਿੱਚ ਉਹ ਫ੍ਰੀ ਹੋ ਕੇ ਚਲੇ ਜਾਂਦਾ ਜਿਹਦੀ ਪ੍ਰੋਬਲਮ ਆ ਮੋਕਚਰ ਜ਼ਿਆਦਾ ਵਾ ਉਹਨੂੰ ਟਾਈਮ ਵੱਧ ਲੱਗ ਜਾਂਦਾ ਥੋੜ੍ਹਾ ਬਹੁਤਾ ਅੱਛਾ ਮੋਇਸਚਰ ਮੀਟਰ 'ਤੇ ਵੀ ਕਈ ਵਾਰੀ ਇਹ ਕਿਹਾ ਜਾਂਦਾ ਕਿ ਮੋਇਸਚਰ ਮੀਟਰ ਜਿਹੜੇ ਨੇ ਉਹ ਸਹੀ ਕੰਮ ਨਹੀਂ ਕਰਦੇ ਕਈ ਵਾਰੀ ਇਹ ਵੀ ਗੱਲਾਂ ਚੱਲਦੀਆਂ ਕਿ ਇਹ ਰੀਡਿੰਗ ਸਹੀ ਨਹੀਂ ਦਿਖਾਉਂਦੇ ਉਹਦੇ ਵਾਸਤੇ ਕਿਸਾਨ ਜੇ ਚਾਹੇ ਚੈੱਕ ਕਰਾਉਣਾ ਤਾਂ ਕਿਵੇਂ ਕਰਵਾ ਸਕਦਾ ਸਾਡੇ ਕੋਲ ਨਾ 3 ਤਰ੍ਹਾਂ ਦੇ ਮੋਇਸਚਰ ਮੀਟਰ ਨੇ ਅੱਛਾ ਇੱਕ ਆੜ੍ਹਤੀ ਕੋਲ ਡਿਜੀਟਲ ਮੀਟਰ ਹੈ ਇੱਕ ਮਾਰਕੀਟ ਕਮੇਟੀ ਦਾ ਪ੍ਰੈਸ਼ਰ ਵਾਲਾ ਮੀਟਰ ਹੈ ਇੱਕ FCI ਦੀ ਖਰੀਦ ਹੈ ਇੱਥੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੀ ਉਹਨਾਂ ਦਾ ਵੀ ਮੈਕਚਰ ਮੀਟਰ ਹੈ ਸਾਡੇ ਕੋਲ ਜਿਸ ਦੇ ਉੱਤੇ ਵੀ ਜ਼ਿਮੀਂਦਾਰ ਚਾਹੇ ਤਸੱਲੀ ਕਰ ਸਕਦਾ ਹਾਂਜੀ ਸੋ ਇਹਦੇ ਵਿੱਚ ਆਪਾਂ ਜੇ ਕੋਈ ਸਮੱਸਿਆ ਸਾਨੂੰ ਲੱਗਦੀ ਹੈ ਮਨ 'ਚ ਕੋਈ ਇੰਜ ਦਾ ਡਾਊਟ ਹੈਗਾ ਤਾਂ ਉਹ ਡਾਊਟ ਆਪਾਂ
ਕੱਢ ਸਕਦੇ ਹਾਂ। ਸਾਡੇ ਕੋਲ ਇਹ ਵੀ ਪ੍ਰੋਵੀਜ਼ਨ ਹੈ, ਸਰਕਾਰ ਦਾ ਵੀ ਮੀਟਰ ਹੈਗਾ, ਐਫ ਸੀ ਏ ਦਾ ਵੀ ਹੈ ਔਰ ਆੜ੍ਹਤੀ ਦਾ ਵੀ ਮੀਟਰ ਜਿਹੜਾ ਕੰਮ ਕਰਦਾ। ਬਾਕੀ ਇਹ ਹੈ ਕਿ ਆਪਾਂ ਨੂੰ ਵੈਸੇ ਵੀ ਆਪਾਂ ਬਤੌਰ ਜ਼ਿੰਮੀਦਾਰ ਵੀ ਬੜਾ ਈਜ਼ੀਲੀ ਸਾਨੂੰ ਲੱਗ ਜਾਂਦਾ, ਜੇ ਅਸੀਂ ਉਹਨੂੰ ਆਪਣੀ ਉਪਜ ਨੂੰ ਦੇਖੀਏ ਤਾਂ ਪਤਾ ਲੱਗ ਜਾਂਦਾ ਵੀ ਇਹ ਮੋਇਸਚਰ ਕਿੰਨਾ ਕੁ। ਸਹੀ ਮਿਹਨਤ ਜੋ ਪ੍ਰੈਕਟੀਕਲੀ ਆ ਉਹ ਤਾਂ ਦਾਣੇ ਹੱਥ ਲੈ ਪਤਾ ਲੱਗ ਜਾਂਦਾ, ਬਾਕੀ ਦੰਦ ਥੱਲੇ ਮਾੜਾ ਜਿਹਾ ਝੋਨਾ ਜਿੱਥੋਂ ਤੋਂ ਪਤਾ ਲੱਗ ਜਾਂਦਾ ਸੁੱਕਾ ਗਿੱਲਾ, ਉਹ ਤਾਂ ਕੋਈ ਦਿੱਕਤ ਨਹੀਂ ਹੈਗੀ। ਬਿਲਕੁਲ ਸਿਕੰਦਰ ਜੀ, ਸੋ ਇਹ ਵੀ ਇੱਕ ਫਾਰਮੂਲਾ ਜਿਹੜਾ ਸਾਡਾ ਬੜਾ ਪੱਕਾ ਫਾਰਮੂਲਾ ਹੈ, ਉਹ ਵੀ ਆਪਾਂ ਕਰ ਸਕਦੇ ਹਾਂ। ਆਪਣਾ ਸ਼ੁਭ ਨਾਮ ਅਤੇ ਕਿੱਥੋਂ ਆਇਆ ਤੁਸੀਂ? ਮਹਿੰਦਰ ਸਿੰਘ ਜੀ, ਪਰਦੀਆਂ ਇੱਥੋਂ ਦਾ ਮੈਂ ਰਹਿਣ ਵਾਲਾ ਪਰਦੀਆਂ ਕਲਾਂ ਦਾ ਜੀ। ਅੱਛਾ, ਮਹਿੰਦਰ ਸਿੰਘ ਜੀ ਕਿੰਨੀ ਕੁ ਫਸਲ ਲੈ ਕੇ ਆਏ ਹੋ ਇੱਥੇ? ਮੈਂ ਤਕਰੀਬਨ 40 ਕਿੱਲਿਆਂ ਦੇ ਮੈਂ ਕਰਦਾ, ਕੁਛ ਮੇਰੀ ਆਪਣੀ ਹੈ ਅਤੇ ਕੁਛ ਮੈਂ ਟੇਕੇ ਦੇ ਕਰਦਾ। ਅੱਛਾ, ਅਤੇ ਉਹ ਮੈਂ 40 ਕਿੱਲਿਆਂ ਦੇ ਫਸਲ ਝੋਨਾ ਲੈ ਕੇ ਆਇਆ। ਅਤੇ ਕਿੱਦਾਂ ਆਪਣਾ ਵਿਹਲੇ ਹੋ ਗਏ ਉਹ ਕਿ ਅਜੇ ਡਿੱਕਣ ਡੇ ਉਹ ਖਰੀਦੀ ਨਹੀਂ? ਲਗਭਗ ਅਸੀਂ ਜਿਹੜਾ ਝੋਨਾ ਸੀ ਉਹ ਤਾਂ ਲੈ ਆਏ, ਬਾਸਮਤੀ ਖਲੋਤੀ ਹੈ ਜੇ ਸਾਡੀ, ਉਹ ਜੇ ਵੱਢਣ ਵਾਲੀ ਹੈ, ਉਹ ਨਹੀਂ ਪੱਕੀ ਅਜੇ। ਪੇਮੈਂਟ ਮਿਲ ਗਈ, ਵਿਹਲੇ ਹੋ ਗਏ ਹੋ? ਮੇਰੇ ਕਹਿਣ ਦਾ ਭਾਵ ਹੈ ਕਿ ਅਜੇ ਤੁਸੀਂ ਡਿੱਕਣ ਡੇ ਹੋ ਕਿ ਲਿਫਟਿੰਗ ਹੋਏਗੀ? ਪੇਮੈਂਟ ਵੇਖੋ ਜੀ, ਜਿਸ ਹਿਸਾਬ ਨਾਲ ਆਉਂਦੀ ਆਈ ਜਾਂਦੀ ਆ, ਜਿਸ ਹਿਸਾਬ ਨਾਲ ਸਾਡਾ ਝੋਨਾ ਆਇਆ, ਗੌਰਮੈਂਟ ਵੀ ਉਸੇ ਹਿਸਾਬ ਨਾਲ ਭੇਜਦੀ ਆ। ਪਿੱਛੋਂ ਉਹ ਸਾਨੂੰ ਦੱਸਦੇ ਵੀ 19 ਤਰੀਕ ਤੱਕ ਆ ਗਈਆਂ, 19 ਤਰੀਕ ਨੂੰ ਤੁਹਾਡਾ ਝੋਨਾ ਵਿਕਿਆ ਸੀ, ਭਾਈ ਤੁਹਾਡੀ ਪੇਮੈਂਟ ਅਜੇ ਆਈ ਆ ਜਾਂ ਨਹੀਂ ਆਈ ਸਾਨੂੰ ਪਤਾ ਲੱਗ ਜਾਂਦਾ, ਕਿਉਂਕਿ ਇੱਕ ਆੜ੍ਹਤੀਆ ਤਾਂ ਹੈ ਨਹੀਂ ਇੱਥੇ, ਕਈ ਆੜ੍ਹਤੀ ਆ, ਇੱਕ ਦੀ ਪੇਮੈਂਟ ਨਾ ਆਊਗੀ ਦੂਜਿਆਂ ਦਾ ਭਾਈ ਮੇਰੀ ਕਿੱਦਾਂ ਆ ਗਈ, ਇਸ ਕਰਕੇ ਪੇਮੈਂਟ ਦਾ ਕੋਈ ਰੌਲਾ ਨਹੀਂ ਗਾ। ਪੇਮੈਂਟ ਦਾ ਕੋਈ ਰੌਲਾ ਨਹੀਂ। ਔਰ ਮਹਿੰਦਰ ਸਿੰਘ ਜੀ ਇੱਕ ਗੱਲ ਹੋਰ ਦੱਸੋ, ਤੁਸੀਂ ਬੜੇ ਤਜਰਬੇਕਾਰ ਕਿਸਾਨ ਹੋ, ਅਤੇ ਮੰਡੀ ਦੇ ਦੇਖੋ ਆਪਾਂ ਜੇ ਗੱਲ ਕਰਨੇ ਹਾਂ ਮੰਡੀ ਦੇ ਵਿੱਚ ਮਾਰਕੀਟਿੰਗ ਦੀ ਗੱਲ ਕਰਨੇ ਹਾਂ, ਅਤੇ ਸੁਧਾਰ ਦੀ ਗੁੰਜਾਇਸ਼ ਵੀ ਹਰ ਪਾਸੇ ਕੋਈ ਨਾ ਕੋਈ ਜ਼ਰੂਰ ਹੁੰਦੀ ਹੈ। ਠੀਕ ਹੈ, ਉਹ ਸੁਧਾਰ ਦੀ ਗੁੰਜਾਇਸ਼ ਇਸ ਮਾਧਿਅਮ ਰਾਹੀਂ ਤੁਹਾਡੇ ਵੱਲੋਂ ਦੱਸਣੀ ਬਣਦੀ ਹੈ, ਤਾਂ ਕਿ ਇਹ ਗੱਲ ਜਿਹੜੀ ਇਹ ਪ੍ਰਸ਼ਾਸਨ ਵੱਲ ਜਾਵੇ, ਉੱਚ ਅਧਿਕਾਰੀਆਂ ਵੱਲ ਜਾਵੇ। ਤੁਸੀਂ ਸਮਝਦੇ ਹੋ ਕਿੱਦਾਂ ਦਾ ਸੁਧਾਰ ਮੰਡੀ ਸਿਸਟਮ 'ਚ ਹੋਣਾ ਚਾਹੀਦਾ, ਤਾਂ ਕਿ ਇਹ ਜਿਹੜੀਆਂ ਮਾੜੀ ਮੋਟੀਆਂ ਸਮੱਸਿਆਵਾਂ ਨੇ ਇਹ ਵੀ ਦੂਰ ਹੋ ਜਾਣ ਔਰ ਕਿਸਾਨ ਆਵੇ ਅਤੇ ਟਾਪੋ ਟਾਪ ਜਾਵੇ? ਦੇਖੋ ਜੀ, ਸਾਰਿਆਂ ਨਾਲ ਵੱਡੀ ਗੱਲ ਆ ਵੀ ਜ਼ਿਮੀਂਦਾਰ ਦਾ ਝੋਨਾ ਆਉਂਦਾ, ਸੁੱਕਾ ਲਿਆਉਂਦੇ ਆ, ਕੋਈ ਇਹੋ ਜਿਹੀ ਗੱਲ ਨਹੀਂ। ਥੋੜ੍ਹਾ ਬਹੁਤਾ ਹੋਵੇ ਤਾਂ ਜ਼ਿਮੀਂਦਾਰ ਨੂੰ ਪਤਾ ਲੱਗ ਜਾਂਦਾ ਵੀ ਇਹ ਗਿੱਲਾ ਕਿ ਨਹੀਂ, ਕਿਉਂਕਿ 60-70 ਸਾਲ ਹੋ ਚੱਲੇ ਆ ਇਹੋ ਧੰਦਾ ਕਰਦੇ ਆ, ਪਤਾ ਹੁੰਦਾ ਵੀ ਫਸਲ ਪੱਕ ਗਈ ਆ ਜਾਂ ਨਹੀਂ ਪੱਕੀ। ਨੰਬਰ 2 'ਤੇ ਮਾੜਾ ਮੋਟਾ ਹੋਵੇ ਚਲੋ ਇਹ ਮੈਕਸੀਮੀਟਰ ਲਾ ਕੇ ਵੇਖ ਲੈਂਦੇ ਆ, ਬਾਕੀ ਵੱਡੀ ਪ੍ਰੋਬਲਮ ਆ ਜਦੋਂ ਲਿਫਟਿੰਗ ਨਹੀਂ ਹੁੰਦੀ ਅਤੇ ਆੜ੍ਹਤੀਆ ਕੀ ਕਰੂਗਾ, ਕਿੱਥੇ ਜਾਊਗਾ ਮਾਲ, ਉਹ ਧਾਂਕਾਂ ਲਾਉਣੀਆਂ ਪੈਂਦੀਆਂ, ਫਿਰ ਉਹਦੇ ਵਿੱਚ ਉਹ ਪੈਡੀ ਜਿਹੜੀ ਖਰਾਬ ਵੀ ਹੋ ਜਾਂਦੀ ਹੈ, ਮਾੜਾ ਮੋਟਾ ਕਿਤੇ ਹੋਇਆ ਜਾਂ ਕੁਛ ਆ, ਜਾਂ ਮੌਸਮ ਹੀ ਖਰਾਬ ਹੋ ਜਾਏ, ਇੰਨਾ ਮਾਲ ਢੱਕਿਆ ਨਹੀਂ ਜਾ ਸਕਦਾ, 2-2-3-3 ਲੱਖ ਬੋਰੀ ਪਈ ਰਹਿੰਦੀ ਹੈ। ਉਹਦੇ ਵਿੱਚ ਸਰਕਾਰ ਦੇ ਬਣਦੀ ਆ, ਜੇ ਕਦੋਂ ਸਰਕਾਰ ਕੋਲ ਨਹੀਂ ਛੇਤੀ ਪ੍ਰਬੰਧ ਹੁੰਦੇ ਤਾਂ ਐਰੋ ਦੇਵੇ, ਮਾਲ ਨੂੰ ਬਾਹਰ ਕੱਢੇ, ਜਿੱਥੇ ਡਿਮਾਂਡ ਹੈਗੀ ਉੱਥੇ ਭੇਜੇ। ਐਰੋ ਦਾ ਮਤਲਬ ਕੀ? ਐਰੋ ਵੀ ਜਾਣੀ ਆਰੋ ਜਿਹੜੀ ਇਹ ਹੈਗਾ ਵਾ, ਜੇ ਇੱਥੇ ਲੋਕਲ ਮਾਲ ਨਹੀਂ ਲੱਗਦਾ, ਮੋਗੇ ਚੱਲ ਜਾਏ, ਜਗਰਾਵਾਂ ਚੱਲ ਜਾਏ, ਜਿੱਥੇ ਜ਼ਿਆਦੇ ਮਿਲਣ ਜ਼ਿਆਦਾ ਹੁੰਦੀ ਆ, ਜਿੱਥੇ ਸ਼ੈਲਰ ਜ਼ਿਆਦੇ ਆ, ਉੱਥੇ ਵੀ ਸਰਕਾਰ ਭੇਜੇ, ਉਹ ਵਧੀਆ ਵਾ, ਉਹਦੇ ਨਾਲ ਛੇਤੀ ਵੀ ਜਿਹੜੇ ਆੜ੍ਹਤੀ ਸਮਝਦੇ ਹੋ ਕਿ ਵਿਹਲੇ ਹੋਣਗੇ? ਅੱਛਾ, ਇਹੋ ਜਿਹੀਆਂ ਮੰਡੀਆਂ 'ਚ ਸ਼ੈੱਡ ਵੀ ਮੈਂ ਦੇਖਿਆ ਸੁਰਜੀਤ ਸਿੰਘ, ਬੜੇ ਛੋਟੇ ਛੋਟੇ ਸ਼ੈੱਡ ਨੇ, ਬੜਾ ਛੋਟਾ ਦੇ ਵਿੱਚ ਸਾਰੇ ਆੜ੍ਹਤੀਆਂ ਦਾ ਸੁਣਦਾ ਮਾਲ ਆ ਹੀ ਨਹੀਂ ਸਕਦਾ, ਹੁਣ ਦੇਖੋ ਸ਼ੈੱਡ ਤਾਂ ਬਹੁਤ ਛੋਟਾ, ਸਾਰੀ ਮੰਡੀ 'ਚ ਸ਼ੈੱਡ ਬਣ ਜੇ ਫਿਰ ਝੋਨਾ ਕਿੱਥੋਂ ਸੁਕਾਉਣਗੇ? ਸੁਕਾਉਣਗੇ ਕਿੱਥੇ ਜਿਹੜਾ ਮਾੜਾ ਮੋਟਾ ਗਿੱਲਾ ਹੋਵੇ? ਸਾਰਾ ਜੇ ਸਾਰੇ ਮੰਡੀਆਂ 'ਚ ਤਾਂ ਸ਼ੈੱਡ ਬਣ ਜਾਣ, ਸਾਡੇ ਕਾਫੀ ਮੰਡੀਆਂ ਬਣਿਆ, ਜਾਂ ਸ਼ਾਹਕੋਟ ਵੀ ਹੈਗਾ, ਮੱਛੀਆਂ ਵੀ ਬਣਨਾ ਵਾ, ਹੋਰ ਮੰਡੀਆਂ ਬਣਿਆ ਬਹੁਤ, ਲੇਕਿਨ ਫਿਰ ਸੁਕਾਉਣ ਲਈ ਜਗ੍ਹਾ ਨਹੀਂ। ਸੋ ਗੱਲ ਮਹਿੰਦਰ ਸਿੰਘ ਜੀ ਇਹੋ ਹੀ ਹੈ ਕਿ ਜੇ ਸਰ ਹੋਰ ਗੱਲ ਦੱਸਦਾ, ਹੁਣ ਸਮਝ ਲਓ ਬਾਹਰੋਂ ਪੈਡੀ ਆ ਨਹੀਂ ਰਹੀ, ਖਤਮ ਹੋ ਗਿਆ, ਲੇਬਰ ਬਾਹਰੋਂ ਆਈ ਆ, ਲੇਬਰ ਨੇ ਬਾਹਰ ਜਾਣਾ, ਉਹ ਸਤਾਉਂਦੇ ਵੀ ਅਸੀਂ ਵਿਹਲੇ ਹੋਣਾ, ਕਿਉਂਕਿ ਉਹਨਾਂ ਵਿਹਲਿਆਂ ਨੂੰ ਲੇਬਰ ਦੇਣੀ ਪੈਂਦੀ ਆ, ਉਹ ਕਹੇ ਕਿੱਥੋਂ ਜਾਣ ਕੇ ਕਿੱਥੋਂ ਕਰਨਗੇ, ਉਹ ਵੀ ਕਾਲੇ ਪੈਂਦੇ, ਇਸ ਕਰਕੇ ਜਦ ਤੱਕ ਮਾਲ ਜਿੰਨਾ ਚਿਰ ਸਰ ਮਾਲ ਨੇ ਲਿਫਟ ਨਹੀਂ ਹੁੰਦਾ ਉਹਨਾਂ ਚਿਰ ਆੜ੍ਹਤੀ ਫਸਿਆ ਹੋਇਆ ਵਾ, ਲੇਬਰ ਵਾਲੇ ਫਸੇ ਹੋਏ ਆ। ਸੋ ਗੱਲ ਇਹ ਹੈ ਕਿ ਇਹ ਜਿਹੜੀ ਸਮੱਸਿਆ ਹੈ, ਇਹ ਸਮੱਸਿਆ ਦਾ ਨਿਪਟਾਰਾ ਸਰਕਾਰਾਂ ਆਪਣੇ ਪੱਧਰ 'ਤੇ ਕਰ ਸਕਦੀ ਹੈ। ਹੁਣ ਜੇ ਦੇਖੋ ਕਿਸਾਨ ਨੇ ਮੰਡੀ 'ਚ ਉਪਜ ਲੈਣ ਦੀ, ਕਿਸਾਨ ਨੂੰ ਪੈਸੇ ਮਿਲ ਗਏ, ਕਿਸਾਨ ਵਿਹਲਾ ਹੋ ਗਿਆ, ਅਤੇ ਬਾਅਦ ਵਿੱਚ ਆੜ੍ਹਤੀ ਦਾ ਵੀ ਆਪਾਂ ਸੋਚਣਾ ਕਿ ਆੜ੍ਹਤੀ ਵੀ ਇਸੇ ਹੀ ਸਿਸਟਮ ਦਾ ਪਾਰਟ ਹੈ, ਉਹਦੀ ਲਿਫਟਿੰਗ ਜੇ ਹੋਏਗੀ ਸਮੇਂ ਸਿਰ ਤਾਂ ਉਹ ਵੀ ਨਾਲ ਸੌਖਾ ਹੋਊ ਔਰ ਉਹਦੇ ਨਾਲ ਕਾਫੀ ਘਾਟਾ ਵੀ ਹੋ ਜਾਂਦਾ ਅਤੇ ਸਮੱਸਿਆਵਾਂ ਆਉਂਦੀਆਂ। ਸੋ ਆਸ ਹੈ ਕਿ ਜਿਹੜੀਆਂ ਗੱਲਾਂ ਆਪਾਂ ਅੱਜ ਕੀਤੀਆਂ ਝੋਨੇ ਦੀ ਮੰਡੀਕਾਰੀ ਵਾਸਤੇ, ਇਹ ਮੰਡੀਕਾਰੀ ਵਾਸਤੇ ਗੱਲਾਂ ਤੁਹਾਡੇ ਵਾਸਤੇ ਮੁਫੀਦ ਹੋਣਗੀਆਂ ਔਰ ਅਗਲੇ ਵਰੇ ਵਾਸਤੇ ਵੀ ਦੇਖੋ ਗੱਲਾਂ ਜਿਹੜੀਆਂ ਆਪਾਂ ਕਰਨੇ ਆ ਇਹਨਾਂ ਨੂੰ ਨੋਟ ਵੀ ਕਰਨਾ ਸਾਡਾ ਫਰਜ਼ ਬਣਦਾ ਔਰ ਇਹ ਗੱਲਾਂ ਜਿਹੜੀਆਂ ਅਗਲੇ ਵਰੇ ਖੇਤੀ ਵਾਸਤੇ ਵੀ ਚੱਲਦੀਆਂ ਔਰ ਤੁਹਾਡੀ ਖੇਤੀ ਦਾ ਸਮੁੱਚਾ ਔਰ ਸਰਬਪੱਖੀ ਵਿਕਾਸ ਹੋ ਸਕਦਾ। ਬਹੁਤ ਬਹੁਤ ਮਿਹਰਬਾਨੀ ਜੀ। ਚੋਲਾ ਮਾਟੀ ਕੇ ਮਾਟੀ ਯਹੀ ਧਰਤੀ ਹੈ ਯਹੀ ਜੀਵਨ ਹੈ ਯਹੀ ਮਾਂ ਭੀ ਚੋਲਾ ਮਾਟੀ ਕੇ ਮਾਟੀ ਯਹੀ ਪੋਸ਼ਣ ਹੈ ਯਹੀ ਆਸ਼ੀਆਨਾ ਭੀ ਮਾਟੀ ਕਿਸੇ ਕਾਰੀਗਰ ਕਾ ਹੁਨਰ ਭੀ ਹੈ ਹਰ ਕਿਸਾਨ ਕੀ ਪਹਿਚਾਨ ਹੈ ਮਾਟੀ।
माटी के अलग अलग रंग रूप उसकी अलग तासीर बताते हैं। माटी की उर्वरा शक्ति हमेशा एक सी रहे ये जरूरी नहीं। आज बढ़ती आबादी का बोझ जाने अनजाने इस माटी का दोहन करने लगा। जरूरत से ज्यादा रासायनिक खाद के इस्तेमाल ने आज पूरी दुनिया में लाखों एकड़ जमीन को बंजर बना दिया है। मिट्टी को आज हमारे स्नेह और देखरेख की जरूरत है। केंद्र सरकार की सॉयल हेल्थ कार्ड योजना इसी दिशा में की गई एक पहल। चलिए आपको लिए चलते हैं छत्तीसगढ़, एक खूबसूरत राज्य जहां एक तरफ जनजातीय संस्कृति के मोहक रंग है, वहीं दूसरी तरफ यहां की मिट्टी में भू संपदा के रूप में बेशुमार खनिज। यहां परंपरा और आधुनिकता से किसानों का मेल खेती में नए चमत्कार पैदा कर रहा है। मिट्टी की जांच कर किसानों को सॉइल हेल्थ कार्ड देने वाला छत्तीसगढ़ भारत का एक ऐसा राज्य है जिसने तय लक्ष्यों से बढ़कर काम किया। छत्तीसगढ़ के किसानों के दमकते चेहरे बता रहे हैं कि सॉइल हेल्थ कार्ड ने उनके खेतों को सवारा है। ये कार्ड मन बन लीगो ने हम क्या बोला अच्छा लागे से बराबर मात्रा में भी खाद डालू ले सकूं। कितना केजी क्या पोटाश लगाना है, कितना केजी यूरिया लगाना है, कितना डीएपी लगाना है, पूरा जानकारी हो गया। पहले से अब बेहतर है फसल। पहले से थोड़ा धान ज़्यादा ही है, फसल थोड़ा तेज हो रहा है अभी, और खाद भी सीमित मात्रा में देते हैं, संतुलित मात्रा में। हम लोग का कुछ बेनिफिट स्थिति, आर्थिक स्थिति सुधर गई। पहले हम लोग कांवड़ और झोला और गपा टाकरा ये में बो के ले जाते थे, तो अभी क्या है बोरी वोरी में भर के गाड़ी में भरते हैं और ले जाते हैं बाजार। सॉइल हेल्थ कार्ड योजना पर केंद्र सरकार विशेष ध्यान दे रही है। इसके लिए उन्नत इंफ्रास्ट्रक्चर तैयार किया गया है। किसानों के असिंचित खेतों के 10 हेक्टेयर से और सिंचित खेतों के 2.5 हेक्टेयर के ग्रिड बनाए गए हैं। किसान आसानी से सॉइल हेल्थ कार्ड बनवा सकते हैं। इसके लिए उनके खेतों से मिट्टी के नमूने इकट्ठे किए जाते हैं। सॉइल सैंपल्स को प्रयोगशाला में छानकर जांच के लिए तैयार किया जाता है और फिर रासायनिक गुणों की जांच की जाती है। ये पीएच मीटर है, इसका उपयोग किसानों की मृदा का पीएच ज्ञात करने के लिए करते हैं, जिससे पता चले कि सॉइल अम्लीय है, क्षारीय है, लवणीय है, सामान्य में सॉइल सैंपल है पता चलता है। मिट्टी के पीएच की जांच के बाद विभिन्न मशीनों एवं उपकरणों के द्वारा मिट्टी के प्राथमिक पोषक तत्व जैसे कि नाइट्रोजन, फास्फोरस, पोटेशियम और सूक्ष्म पोषक तत्वों की जांच कर 12 पैरामीटर से आंका जाता है। फिर सॉइल हेल्थ कार्ड बनाने की प्रक्रिया में मिट्टी के तत्वों को वेबसाइट पर ऑनलाइन दर्ज किया जाता है। इसके बाद सॉइल हेल्थ कार्ड की छपाई कर किसानों में बांट दिया जाता है। सॉइल हेल्थ कार्ड की महत्व को बढ़ाने के लिए छत्तीसगढ़ ने प्रत्येक किसानों को ये आह्वान किया है कि बिना सॉइल हेल्थ कार्ड के किसी भी सोसाइटी में, किसी भी दुकान में उनको उर्वरक नहीं मिलेगा। इसलिए प्रत्येक किसान अपना सॉइल हेल्थ कार्ड लेकर के कोऑपरेटिव सोसाइटी में जाता है और उसी के आधार पर सॉइल हेल्थ कार्ड में अनुशंसित मात्रा के आधार पर वहाँ से उर्वरक उठाता है और उसका उपयोग अपने खेतों में करता है। आज पूरे देश में सॉइल हेल्थ कार्ड के जरिए किसानों को खेती में तकनीक की बुनियादी जानकारियों से जोड़ा जा रहा है। लक्ष्य सिर्फ कार्ड बनाने का नहीं है, सॉइल हेल्थ कार्ड नई सदी की, नई खेती की और नई तकनीक के समन्वय की सोच है। अपनी मिट्टी को सहेज कर संजोकर रखने की दिशा में उठाया गया अहम कदम।